ਬਣਜਾਰਾ ਤੁਸੀਂ ਦੇਖੋ, ਹੁਣ ਮੈਂ ਤੁਹਾਡੀ ਵੀ ਇੰਟਰਵਿਊ ਵੇਖਣਾ ਅੱਜ, ਮੈਂ ਵੀ ਹੁਣ ਇਸ ਤੋਂ ਬਾਅਦ ਮੈਂ ਘੰਟਾ ਫਰੀ ਹੈ। ਅੱਛਾ ਇੱਧਰ ਵੇਖਣਾ, ਬਣਜਾਰੇ ਦਾ ਮਤਲਬ ਤੁਸੀਂ ਦੱਸੋ ਕੀ ਹੁੰਦਾ, ਮੈਂ ਤਾਂ ਦੱਸ ਹੀ ਦੇਣਾ ਪਹਿਲਾਂ। ਚਲੋ ਪਹਿਲਾਂ ਤੁਸੀਂ ਦੱਸੋ ਨਾ, ਫਿਰ ਅਸੀਂ ਪਹਿਲਾਂ ਕੈਮਰਾ ਫਿਰ ਚੱਲਦਾ। ਬਣਜਾਰਾ ਟਰੈਵਲਰ ਨੂੰ ਕਹਿ ਦਿੰਦੇ ਹਾਂ ਜਿਹੜਾ ਕਦੇ ਇੱਥੇ ਕਦੇ ਉੱਥੇ। ਸੋ ਡਰਾਈਵਰ, ਕਿਉਂਕਿ ਜਿਪਸੀ ਕਹਿੰਦੇ ਹੋ, ਜਿਹੜੇ ਡਰਾਈਵਰਸ ਹੁੰਦੇ ਆ ਅਸਲ 'ਚ, ਉਹ ਉਹਨਾਂ ਦੀ ਜ਼ਿੰਦਗੀ ਇੱਦਾਂ ਦੀ ਕਦੇ ਉੱਥੇ ਕਦੇ ਉੱਥੇ। ਇਸੇ ਕਰਕੇ ਇਹ ਨਾਂ ਅਸਲ 'ਚ ਧੀਰਜ ਨੇ ਰੱਖਿਆ, ਧੀਰਜ ਰਤਨ ਜੀ ਨੇ ਫਿਲਮ ਲਿਖੀ ਹੈ ਨਾ। ਮੈਂ ਇਹਦਾ ਟਾਈਟਲ ਕੁਛ ਹੋਰ ਸੋਚਦਾ ਸੀ, ਪੋਲੀਟੀਕਲ ਜਿੱਦਾਂ ਗਾਣਿਆਂ ਦੇ ਮੁਤਾਬਕ, ਜਿੱਦਾਂ ਹਸ਼ਰ ਸੀ ਇਹਦਾ, ਬਟ ਉਹਦਾ ਸ਼ੌਕ ਸੀ ਕਿ ਮੈਂ ਬਣਜਾਰੇ ਹੀ ਰੱਖਾਂ ਭਾਅ ਜੀ। ਦੇਖੋ, ਇੱਕ ਚੀਜ਼ ਦਾ ਆਪਾਂ ਮੰਨ ਕੇ ਚੱਲੀਏ ਵੀ ਅਸੀਂ ਜਿਸ ਮੁਲਕ 'ਚ ਰਹਿ ਰਹੇ ਹਾਂ ਉਹਦੇ 'ਚ ਅਸੀਂ ਰੌਲਾ ਜ਼ਿਆਦਾ ਪਾਉਂਦੇ ਹਾਂ, ਪਰ ਅਸੀਂ ਕਈ ਚੀਜ਼ਾਂ 'ਚ ਬਹੁਤ ਮਹਾਨ ਨਹੀਂ ਹੈਗੇ। ਬਾਹਰ ਕਿਸੇ ਵੀ ਪੇਸ਼ੇ 'ਚ ਨਾ ਰਿਗਾਰਡ ਬਹੁਤ ਹੈ, ਰਿਸਪੈਕਟ ਬਹੁਤ ਹੈ। ਅੱਛਾ, ਤੁਸੀਂ ਫਿਰ ਇੱਧਰ ਹੀ ਆ ਜਾਓ, ਸਵਾਲ ਤੋਂ ਇੱਧਰ ਆ ਕੇ ਪੁੱਛਣਾ, ਫਿਰ ਮੈਂ ਇੱਧਰ ਆਏਗਾ ਇੱਥੇ। ਸੋ ਬਾਹਰ ਕਿਸੇ ਵੀ ਪੇਸ਼ੇ 'ਚ ਜੇ ਬੂਟ ਪੋਲਿਸ਼ ਵੀ ਕੋਈ ਕਰਦਾ ਤਾਂ ਉਹਦਾ ਜਿਹੜਾ ਬੜਾ ਖੂਬਸੂਰਤ ਬਣਾਇਆ ਹੁੰਦਾ ਅਤੇ ਇੱਕ ਚੇਅਰ 'ਤੇ ਤੁਹਾਨੂੰ ਬਿਠਾਉਂਦਾ ਅਤੇ ਉਹ ਆਪ ਖੜ ਕੇ ਪੋਲਿਸ਼ ਕਰਦਾ ਅਤੇ ਉਹਦਾ ਰਿਗਾਰਡ ਹੈ। ਪਰ ਅਸੀਂ ਇੱਥੇ ਪੇਸ਼ੇ ਨੂੰ ਕਾਸਟਿਜ਼ਮ 'ਚ ਮੜਤਾ, ਸ਼ਾਇਦ ਇਸੇ ਕਰਕੇ ਜਦੋਂ ਡਰਾਈਵਰ ਦੀ ਗੱਲ ਚੱਲਦੀ ਹੈ ਤਾਂ ਅਸੀਂ ਹੇਟ ਕਰਦੇ ਹਾਂ। ਪਰ ਇਹ ਤੁਸੀਂ ਕਿਸੇ ਢਾਬੇ 'ਤੇ ਬੈਠ ਕੇ ਵੇਖੋ, ਜਿਹੜੇ ਸਾਡੇ ਡਰਾਈਵਰ ਹੈ ਬਹੁਤ ਐਸੇ ਜਿਹੜੇ ਬਾਬੇ ਦਾ ਨਾਂ 24 ਘੰਟੇ ਜਪਦੇ ਹੈ। 1984 ਦੇ ਟਰੱਕ ਵੀ ਬੜੇ ਹੁੰਦੇ ਸੀ, ਬੜੇ ਦੇਖਣ ਨੂੰ ਮਿਲੇ ਤੁਹਾਡੇ, ਕਾਫੀ ਪੁਰਾਣੇ ਟਰੱਕ ਵੀ ਦੇਖਣ ਨੂੰ ਜਿਹੜੇ 47 ਦੇ ਵੀ। ਹਾਂਜੀ, ਤੇ ਲੱਗ ਰਿਹਾ ਕਿਤੇ ਨਾ ਕਿਤੇ ਕਿ ਇਹ ਟਰੱਕ ਲੱਭਣ ਨੂੰ ਕਿੰਨਾ ਟਾਈਮ ਲੱਗਿਆ ਹੋਵੇਗਾ। ਨਹੀਂ, ਬੜੇ ਸ਼ੌਕੀਨ ਲੋਕ ਆ, ਜਿੱਦਾਂ ਮੈਂ ਵੀ ਬਹੁਤ ਸ਼ੌਕੀਨ ਹਾਂ ਪੁਰਾਣੇ ਟਰੈਕਟਰਾਂ ਦਾ, ਪੁਰਾਣੇ ਬਾਈਕ, ਪੁਰਾਣੀਆਂ ਕਾਰਾਂ ਦਾ। ਇੱਥੇ ਕੋਈ ਸੱਜਣ ਮਿਲ ਗਏ, ਉਹਨਾਂ ਨੇ ਸ਼ਿੰਗਾਰਿਆ ਹੋਇਆ ਸੀ, ਉੱਦਾਂ ਤਾਂ ਨਹੀਂ ਸੀ ਬਹੁਤਾ, ਮਤਲਬ ਚਲਾਉਣ ਨੂੰ ਤਾਂ ਠੀਕ ਠਾਕ ਸੀ ਪਰ ਉੱਦਾਂ ਸ਼ਿੰਗਾਰਿਆ ਅੱਛਾ ਸੀ। ਸਾਰਾ ਕੁਛ ਹੀ ਨਵਾਂ ਇਹਦੇ 'ਚ। ਇਸ ਫਿਲਮ ਦੀ ਓਵਰਆਲ ਪਟਕਥਾ ਜਿਹਨੂੰ ਆਪਾਂ ਕਹਿੰਦੇ ਨਾ, ਸਾਰਾ ਕੁਛ ਹੀ ਅਲੱਗ ਹੈ। ਇਹਦਾ ਸਕਰੀਨ ਪਲੇ ਸਿੱਧਾ ਨਹੀਂ ਹੈਗਾ, ਇਹਦਾ ਸਕਰੀਨ ਪਲੇ ਆਡਾ ਟੇਢਾ ਹੈ। ਤੁਸੀਂ ਇੱਕ ਸੜਕ 'ਤੇ ਜਾ ਰਹੇ ਹੋ, ਤੁਸੀਂ ਖੱਬੇ ਵੀ ਦੇਖ ਰਹੇ ਹੋ, ਸੱਜੇ ਵੀ ਦੇਖ ਰਹੇ ਹੋ, ਉਹ ਜਿਹੜੇ ਮੰਜ਼ਰ ਨਾਲ ਨਾਲ ਕੈਚ ਕਰਦੇ ਜਾਂਦੇ ਹੋ, ਉਹ ਇਹ ਕਹਾਣੀ ਹੈ। ਮੈਂ ਜਾ ਰਿਹਾ ਸਫ਼ਰ 'ਤੇ ਪਰ ਮੇਰੇ ਸਫ਼ਰ 'ਚ ਬਰਾਂਚਾ ਹੈ, ਮੈਂ ਕਦੇ ਇੱਧਰ ਵੇਖਦਾ, 5 ਮਿੰਟ ਬਾਅਦ ਮੈਂ ਇੱਦਾਂ ਰਿਵਰਸ। ਬਹੁਤ ਨਹੀਂ, ਪਾਸ਼ਾ ਨੂੰ ਮਿਲਿਆ ਮੇਰੇ ਨਾਲ ਮਿਲਣ, ਪਾਸ਼ਾ ਸਾਊ ਮੁੰਡਾ ਬਹੁਤ। ਇਸ ਤੋਂ ਵਧੀਆ ਕੋਈ ਓਪਰਚੁਨਿਟੀ ਹੋਰ ਮੇਰੇ ਲਈ ਹੋ ਨਹੀਂ ਸਕਦੀ ਸੀ। ਇਹ ਜਿਹੜੀ ਕਹਾਣੀ ਹੈ ਧੀਰਜ ਰਤਨ ਜੀ ਦੀ ਲਿਖੀ ਹੋਈ ਹੈ, ਇਹ ਜਿਹੜੇ ਪਾਰਟ ਦਿਖਾਏ ਹੋਏ ਨੇ ਸਟੋਰੀ ਦੇ ਨਾਲ ਹੀ ਰਿਲੇਟਡ ਨੇ, ਅਤੇ ਜਿਹੜਾ ਸਾਡਾ ਫਿਲਮ ਦਾ ਹੀਰੋ ਨੇ ਮਾਨ ਸਾਹਿਬ ਬੱਬੂ ਭਾਅ ਜੀ, ਸਟੋਰੀ ਦੇ ਰਿਲੇਟਡ ਜਦੋਂ ਉਹਨਾਂ ਦੀ ਜਰਨੀ ਚੱਲਦੀ ਉਹਦੇ ਵਿੱਚ ਹੀ ਪਾਰਟ ਆਉਂਦੇ ਨੇ, ਕਹਾਣੀ ਸੁਣਾਉਂਦੇ ਨੇ, ਉਹਦੇ ਰਿਲੇਟਡ ਸਾਰੇ ਪਾਰਟ 47 ਦਾ, 84 ਦਾ ਅਤੇ ਅੱਜ ਦਾ ਜਿਹੜਾ ਦੌਰ ਆ ਉਹ ਸਟੋਰੀ ਦੇ ਰਿਲੇਟਡ ਹੀ ਸਾਰੇ ਚੱਲਦੇ ਨੇ।